ਅੱਜ ਨੰਗਲ ਦੇ ਲਾਗੇ ਅਜੋਲੀ ਮੋੜ ਦੇ ਨਾਲ ਲੱਗਦੇ PSL ਚੌਂਕ 'ਤੇ ਦਰਦਨਾਕ ਸੜਕੀ ਹਾਦਸੇ 'ਚ ਗਈ ਨੌਜਵਾਨ ਦੀ ਜਾਨ। ਮਿਲੀ ਜਾਣਕਾਰੀ ਮੁਤਾਬਕ ਪੰਕਜ ਕੁਮਾਰ ਪਿੰਡ ਵਿਭੋਰ ਦਾ ਰਹਿਣ ਵਾਲਾ ਸੀ ਅਤੇ ਉਹ NFL ਦੇ ਵਿੱਚ ਡੇਲੀ ਬੇਸ ਪੈਕਿੰਗ ਦਾ ਕੰਮ ਕਰਦਾ ਸੀ। ਜੋ ਆਪਣੇ ਕੰਮ ਤੋਂ ਫਾਰਗ ਹੋ ਕੇ ਅਜੋਲੀ ਮੋੜ ਵੱਲ ਨੂੰ ਜਾ ਰਿਹਾ ਸੀ ਕਿ ਅਚਾਨਕ PSL ਚੌਂਕ ਦੇ ਕੋਲ ਪਿੱਛੋਂ ਆ ਰਹੇ ਇੱਕ ਟਰੱਕ ਟੈਂਕੀ ਦੀ ਚਪੇਟ ਦੇ ਵਿੱਚ ਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਜਾਣਕਾਰੀ ਮਿਲਦੇ ਹੀ ਪਰਿਵਾਰਕ ਮੈਂਬਰ ਅਤੇ ਮ੍ਰਿਤਕ ਦੇ ਸਹਾਇਕ ਮੌਕੇ 'ਤੇ ਪਹੁੰਚ ਕੇ ਉਹਨਾਂ ਨੇ ਇਸ ਦੀ ਪਹਿਚਾਣ ਕੀਤੀ। ਮੌਕੇ 'ਤੇ ਪੁਲਿਸ ਨੇ ਪਹੁੰਚ ਕੇ ਮ੍ਰਿਤਕ ਦੇਹ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਹੁਣ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹ ਦਰਦਨਾਕ ਸੜਕੀ ਹਾਦਸਾ ਕਿਵੇਂ ਵਾਪਰਿਆ। ਦੇਖੋ ਤਸਵੀਰਾਂ ਨੰਗਲ ਸਿਟੀ ਅਪਡੇਟ ਦੇ ਉੱਤੇ ਅਵਿਨਾਸ਼ ਸ਼ਰਮਾ ਦੇ ਨਾਲ। ਬਸ ਯਾਰ ਕੋਈ ਨਾ ਹੌਸਲਾ ਰੱਖੋ ਯਾਰ, ਕੋਈ ਨਾ ਰੱਖੋ ਹੌਸਲਾ ਰੱਖੋ ਯਾਰ, ਰਿੰਕੂ ਯਾਰ ਇੱਕ ਮਿੰਟ ਇੱਕ ਮਿੰਟ ਲਓ ਰਿੰਕੂ ਇੱਕ ਮਿੰਟ ਯਾਰ ਚੁੱਪ ਯਾਰ ਇੱਕ ਮਿੰਟ ਲੇਕਿਨ ਟੈਰੀ ਦੇ ਉੱਪਰ ਟੱਪ ਗਿਆ, ਐਡੀ ਸਪੋਰਟ ਹੋ ਗਿਆ ਇੱਥੇ। ਉਹ ਵੀ ਹਜੇ ਪੁਲਿਸ ਵਾਲਾ ਨਹੀਂ ਆਏ ਨਾ, 108 ਐਂਬੂਲੈਂਸ ਵਾਲਾ ਕੋਈ ਪੁੱਜਿਆ ਅੱਜ ਤੱਕ। ਮੁੰਡਾ ਕਿੱਥੇ ਗਿਆ ਜੀ ਕੁਛ ਪਤਾ? ਮੁੰਡਾ ਜੋ ਤੁਹਾਨੂੰ ਲੱਗਿਆ ਹੈਗਾ ਪਤਾ ਭਗੌੜ ਸਾਹਿਬ ਦਾ ਇਹ ਜੋ ਲੱਗਿਆ ਹੁਣ ਪਤਾ ਫਿਲਹਾਲ। ਅੱਗੇ ਦੇਖੋ ਹੁਣ ਕਿਆ ਕਿਆ ਨਹੀਂ ਹੁਣ। ਠੀਕ ਸਰ, ਕੀ ਹੈ ਜੀ ਮਾਮਲਾ, ਇੱਥੇ ਕੀ ਹੋਇਆ ਤੇ ਤੁਸੀਂ ਮੌਕੇ ਤੇ ਪਹੁੰਚੇ ਹੋ? ਸਰ ਇੱਥੇ ਐਕਸੀਡੈਂਟ ਹੋਣ ਬਾਰੇ ਇਨਫੋਰਮੇਸ਼ਨ ਮਿਲੀ ਸੀਗੀ ਤੇ ਐਕਸੀਡੈਂਟ ਅਸੀਂ ਮੌਕੇ ਤੇ ਆਇਆ। ਟੈਂਕੀ ਪਿੱਛੇ ਖੜੀ ਹੈ ਗੱਡੀ, ਇਹਦੇ ਵਿੱਚ ਉਸ ਮੋਟਰਸਾਈਕਲ 'ਤੇ ਸਵਾਰ ਸੀਗਾ ਅਤੇ ਟੈਂਕੀ ਨਾਲ ਫੇਟ ਵੱਜਣ ਬਾਰੇ ਪਬਲਿਕ ਤੋਂ ਪਤਾ ਲੱਗਿਆ, ਬਾਕੀ ਤਫਤੀਸ਼ ਜਾ ਰਹੀ ਹੈ। ਜੋ ਵੀ ਗੱਲ ਸਾਹਮਣੇ ਆਈ ਬਣਦੀ ਕਾਰਵਾਈ ਕੀਤੀ ਜਾਊ। ਅਤੇ ਸਰ ਨਾਮ ਨੂੰ ਪਤਾ ਲੱਗਿਆ ਕਿੱਥੇ ਦਾ ਬੰਦਾ ਸੀ, ਇਹ ਕੌਣ ਸੀ? ਇਹ ਹਜੇ ਫਿਲਹਾਲ ਜਾਣਕਾਰੀ ਨਹੀਂ ਮਿਲੀ, ਪਬਲਿਕ ਕਹਿ ਰਹੇ ਆ ਕਿ ਆਹ ਪਿੰਡ ਹੈਗਾ ਨਾਲ ਇੱਥੋਂ ਦਾ ਹੈ, ਬਾਕੀ ਕਲੀਅਰ ਕਰ ਰਹੇ ਹਾਂ। ਅਤੇ ਸਰ ਪੁਲਿਸ ਵੱਲੋਂ ਕੀ ਕਰ ਰਹੇ? ਅਸੀਂ ਹੁਣ ਮੌਕੇ 'ਤੇ ਉਹ ਬੋਡੀ ਨੂੰ ਜਿਹੜੇ ਚੁੱਕ ਕੇ ਹਸਪਤਾਲ ਲੈ ਕੇ ਜਾ ਰਹੇ ਹਾਂ, ਬਾਕੀ ਜੋ ਇਨਫੋਰਮੇਸ਼ਨ ਮਿਲੇਗੀ ਉਸ ਦੇ ਆਧਾਰ 'ਤੇ ਅਫਸਰਾਂ ਧਿਆਨ 'ਚ ਲਿਆ ਕੇ ਕਾਰਵਾਈ ਕੀਤੀ ਜਾਊ। ਕਿਆ ਨਾਮ ਹੈ ਤੁਹਾਡਾ ਪੂਰਾ? ਮੇਰਾ ਨਾਮ ਸ਼ੇਰ ਸਿੰਘ ਹੈ ਜੀ। ਸ਼ੇਰ ਸਿੰਘ ਜੀ ਕੀ ਹੈ ਸਾਰਾ ਮਾਮਲਾ, ਤੁਸੀਂ ਪਹੁੰਚੇ ਹੋ? ਮੈਂ ਤਾਂ ਪਹੁੰਚਿਆ, ਸਾਡੇ ਪਤਾ ਲੱਗਿਆ ਫੋਨ ਆਇਆ ਕਿ ਸਾਡੇ ਪਿੰਡ ਦਾ ਮੁੰਡਾ ਪੰਕਜ ਕੁਮਾਰ ਸਾਨੂੰ ਤਰਸੇਮ ਲਾਲ ਜੀ ਦੀ ਕਿ ਇੱਥੇ ਨਾ ਕਿਉਂਕਿ ਡੈਥ ਹੋ ਗਈ ਤਾਂ ਅਸੀਂ ਪੁੱਜੇ। ਇਹ ਦਿਹਾੜੀ ਕਰਦਾ NFL ਦੇ ਵਿੱਚ, ਬੱਚਾ ਵਿਚਾਰਾ ਉਹਦੇ ਛੋਟੇ ਬੱਚੇ ਹੈ ਅਤੇ ਬੜਾ ਮਾੜਾ ਹੋਇਆ ਸਾਨੂੰ ਤਾਂ। ਪਰ ਕਿੱਦਾਂ ਲੱਗਿਆ, ਕਿੱਦਾਂ ਹੋਇਆ ਐਕਸੀਡੈਂਟ? ਕਹਿੰਦੇ ਮੋਟਰਸਾਈਕਲ, ਇਹ ਨਹੀਂ ਪਤਾ ਲੱਗਿਆ, ਮੈਨੂੰ ਵੀ ਹੁਣੇ ਆ ਗਿਆ ਪਤਾ ਲੱਗਿਆ, ਕੁਛ ਸਾਰੇ ਜਾਣਕਾਰੀ ਨਹੀਂ ਦੇ ਬਾਰੇ। ਹੋਇਆ ਐਕਸੀਡੈਂਟ? ਐਕਸੀਡੈਂਟ ਉਹ ਜਿਹੜੀ ਖੜੀ ਹੋਈ ਗੱਡੀ ਗੱਡੀ ਨਾਲ ਹੋਇਆ। ਪੁਲਿਸ ਪਹੁੰਚੀ? ਹਾਂਜੀ ਪੁਲਿਸ ਪਹੁੰਚ ਗਈ ਜੀ ਮੌਕੇ ਪਰ, ਅਤੇ ਡੈਡ ਬੋਡੀ ਆਪਣੇ ਕਬਜ਼ੇ ਲੈ ਕੇ ਲੈ ਗਏ। ਕਿਆ ਮੰਗ ਕਰਦੇ? ਮੰਗ ਕਰਦੇ ਚੱਲ ਗਰੀਬ ਬੱਚਾ ਹੀ ਨਾ ਕੁਛ ਨਾ ਕੁਛ ਮੁਆਵਜ਼ਾ ਮਿਲੇ ਜੀ, ਬਹੁਤ ਗਰੀਬ ਹੈ। ਇਹ ਕਿਆ ਹੋਇਆ ਸੀ, ਕੌਣ ਸੀ ਬੰਦਾ, ਕਿੱਥੇ ਦਾ ਸੀ? ਇਹ ਸਾਡੇ ਬੈਗਿੰਗ ਦੇ ਵਿੱਚ ਹੈ ਜੀ, ਲੋਡਿੰਗ ਦਾ ਕੰਮ ਕਰਦਾ ਪਿਆ ਬੈਗਿੰਗ ਦੇ ਵਿੱਚ। ਇਹ ਹੁਣੇ ਵਾਲੇ ਕੋਲ ਗੱਡੀਆਂ ਭਰ ਕੇ ਆਏ ਸੀਗੇ ਲੋਡਿੰਗ ਕਰਕੇ ਜਸਟ। ਤੇ ਹੁਣ ਤੁਹਾਨੂੰ ਕੀ ਪਤਾ ਲੱਗਿਆ ਕਿ ਕਿੱਦਾਂ ਹਾਲਾਤ ਕਿੱਦਾਂ ਦਿੱਤੇ?
ਮੈਂ ਤੇ ਰੋਟੀ ਬਣਾਇਆ ਪਤਾ ਕਿੱਦਾਂ ਹੋਇਆ ਜੀ ਲੱਗਾ ਪਤਾ ਕਿੱਦਾਂ ਹੋਇਆ ਨਹੀਂ ਇਹ ਨਹੀਂ ਪਤਾ ਲੱਗਿਆ ਕਿਸ ਤਰ੍ਹਾਂ ਹੋਇਆ ਜੀ ਕਿਆ ਨਾਮ ਹੈ ਪੰਪੀ ਪੰਕਜ ਸ਼ਰਮਾ